ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਮੂਵੀ ਜਿਹੜਾ ਚੈਨਲ 'ਤੇ ਅੱਜ ਗੱਲ ਕਰਾਂਗੇ ਜਸ ਮਾਣਕ ਦੇ ਪਰਾਡਾ ਸੌਂਗ ਅਤੇ ਗੁਰੀ ਦੇ ਬਿੱਲੀਆਂ ਬਿੱਲੀਆਂ ਅੱਖਾਂ ਸੁਪਰਹਿੱਟ ਗਾਣੇ ਵਿੱਚ ਕੰਮ ਕਰਨ ਵਾਲੀ ਖੂਬਸੂਰਤ ਮਾਡਲ ਸਵਾਲੀਨਾ ਬਾਰੇ। ਅੱਜ ਦੀ ਵੀਡੀਓ 'ਚ ਜਾਣਾਂਗੇ ਸਵਾਲੀਨਾ ਦਾ ਰੀਅਲ ਨਾਂ ਕੀ ਹੈ, ਕਿੱਥੇ ਤੋਂ ਬਿਲੋਂਗ ਕਰਦੇ ਨੇ ਅਤੇ ਹੋਰ ਵੀ ਬਹੁਤ ਕੁਝ। ਸਵਾਲੀਨਾ ਦਾ ਬਰਥ 1 ਜੁਲਾਈ 1995 ਨੂੰ ਫਿਨਲੈਂਡ 'ਚ ਹੋਇਆ ਅਤੇ ਤੁਹਾਨੂੰ ਦੱਸ ਦਈਏ ਕਿ ਸਵਾਲੀਨਾ ਦਾ ਰੀਅਲ ਨੇਮ ਹਲੀਨਾ ਕੂਚੇ ਹੈ ਅਤੇ ਉਹ ਇੱਕ ਫਿਨਿਸ਼ ਮਾਡਲ ਨੇ। ਸਕੂਲ ਤੋਂ ਹੀ ਸਵਾਲੀਨਾ ਨੂੰ ਮਾਡਲਿੰਗ ਥੀਏਟਰ ਦਾ ਕਾਫ਼ੀ ਸ਼ੌਂਕ ਸੀ, ਸੋ ਉਹਨਾਂ ਨੇ ਆਪਣੇ ਕਾਲਜ ਦੀ ਸਟੱਡੀ ਵੀ ਮਾਸਟਰ ਆਫ ਆਰਟਸ ਪ੍ਰੋਗਰਾਮ ਇਨ ਥੀਏਟਰ ਸਟੱਡੀ ਵਿੱਚ ਕੀਤੀ। ਆਪਣੇ ਕਾਲਜ ਦੀ ਸਟੱਡੀ ਪੂਰੀ ਕਰਨ ਤੋਂ ਬਾਅਦ ਮਾਡਲਿੰਗ ਵਿੱਚ ਆਪਣੇ ਕਰੀਅਰ ਨੂੰ ਬਣਾਉਣ ਲਈ ਸਵਾਲੀਨਾ ਇੰਡੀਆ ਆ ਗਏ ਅਤੇ ਇਸ ਟਾਈਮ ਮੁੰਬਈ 'ਚ ਰਹਿ ਰਹੇ ਨੇ। ਆਓ ਤੁਹਾਨੂੰ ਪਹਿਲਾਂ ਲੈ ਚੱਲਦੇ ਹਾਂ ਸਵਾਲੀਨਾ ਦੀਆਂ ਕੁਝ ਖੂਬਸੂਰਤ ਤਸਵੀਰਾਂ ਵੱਲ। ਮਾਡਲਿੰਗ ਨੂੰ ਐਜ਼ ਅ ਕਰੀਅਰ ਚੁਣਨ ਤੋਂ ਬਾਅਦ ਸਵਾਲੀਨਾ ਨੂੰ 2014-15 ਵਿੱਚ ਪਹਿਲਾ ਬ੍ਰੇਕ ਮਿਲਿਆ। ਉਹਨਾਂ ਨੇ ਇਸ ਦੀ ਸ਼ੁਰੂਆਤ ਟੀਵੀ ਕਮਰਸ਼ੀਅਲ ਐਡਸੋਂ ਕੀਤੀ। ਸਵਾਲੀਨਾ ਹਿੰਦੀ ਅਤੇ ਤੇਲਗੂ ਨੂੰ ਮਿਲਾ ਕੇ ਹੁਣ ਤੱਕ 80 ਤੋਂ ਵੀ ਵੱਧ ਟੀਵੀ ਕਮਰਸ਼ੀਅਲ ਐਡਸ ਵਿੱਚ ਕੰਮ ਕਰ ਚੁੱਕੇ ਨੇ ਅਤੇ ਉਹਨਾਂ 'ਚੋਂ ਉਹਨਾਂ ਦੇ ਕੁਝ ਫੇਮਸ ਐਡਸ ਨੈਸਕੈਫੇ, ਫੋਕਸਵੈਗਨ ਅਤੇ ਬਿਊਟੀ ਸ਼ੋਪਸ ਦੇ ਰਹੇ ਨੇ। ਸਵਾਲੀਨਾ ਸਨੈਪਡੀਲ ਦੇ ਐਡ ਵਿੱਚ ਮਿਸਟਰ ਪਰਫੈਕਸ਼ਨਿਸਟ ਯਾਨੀ ਕਿ ਬਾਲੀਵੁੱਡ ਐਕਟਰ ਅਮੀਰ ਖਾਨ ਨਾਲ ਵੀ ਕੰਮ ਕਰ ਚੁੱਕੇ ਨੇ। ਸਵਾਲੀਨਾ ਨੇ ਸਿਰਫ ਐਡਸ ਵਿੱਚ ਕੰਮ ਹੀ ਨਹੀਂ ਕੀਤਾ, ਇਸ ਨਾਲ ਨਾਲ ਉਹਨਾਂ ਨੇ ਐਗਜ਼ੀਕਿਊਟਿਵ ਪ੍ਰੋਡਿਊਸਰ ਦੇ ਤੌਰ 'ਤੇ ਵੀ ਕੰਮ ਕੀਤਾ ਹੈ। ਮਾਡਲਿੰਗ ਦੇ ਨਾਲ ਨਾਲ ਮਲਟੀ ਟੈਲੈਂਟਡ ਸਵਾਲੀਨਾ ਨੂੰ ਨੋਵਲਸ ਪੜ੍ਹਨ ਦਾ ਅਤੇ ਲਿਖਣ ਦਾ ਵੀ ਕਾਫੀ ਸ਼ੌਂਕ ਹੈ। ਤੁਹਾਨੂੰ ਦੱਸ ਦਈਏ ਕਿ ਸਵਾਲੀਨਾ ਅਲੱਗ ਅਲੱਗ ਕਲਚਰ ਨੂੰ ਕਾਫੀ ਪਸੰਦ ਕਰਦੀ ਹੈ, ਜਿਸ ਕਰਕੇ ਉਹਨਾਂ ਨੂੰ 7 ਲੈਂਗੁਏਜਸ ਵੀ ਆਉਂਦੀਆਂ ਨੇ। ਸਵਾਲੀਨਾ ਨੂੰ ਬਾਕਸਿੰਗ, ਮਾਰਸ਼ਲ ਆਰਟਸ, ਯੋਗਾ ਕਰਨਾ ਅਤੇ ਡਾਂਸ ਕਰਨਾ ਵੀ ਕਾਫੀ ਪਸੰਦ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਡਾਂਸ ਦੀ ਵੀਡੀਓਜ਼ ਨੂੰ ਰੈਗੂਲਰ ਸ਼ੇਅਰ ਵੀ ਕਰਦੇ ਰਹਿੰਦੇ ਨੇ। 2017 'ਚ ਫੇਮਸ ਸਿੰਗਰ ਗਜੇਂਦਰ ਚੌਹਾਨ ਦੇ ਹਿੱਟ ਹਿੰਦੀ ਗੀਤ ਇੱਕ ਕਹਾਣੀ ਵਿੱਚ ਸਵਾਲੀਨਾ ਕੰਮ ਕਰ ਚੁੱਕੇ ਨੇ। 5 ਜੂਨ 2018 ਨੂੰ ਆਸ਼ੀਸ਼ ਛਾਬੜਾ ਦੇ ਰਿਲੀਜ਼ ਹੋਏ ਪੰਜਾਬੀ ਗਾਣੇ ਤੇਰੀਆਂ ਮੇਰੀਆਂ ਨਾਲ ਸਵਾਲੀਨਾ ਨੇ ਪੰਜਾਬੀ ਇੰਡਸਟਰੀ ਵਿੱਚ ਡੈਬਿਊ ਕੀਤਾ, ਪਰ 13 ਜੂਨ 2018 'ਚ ਜਸ ਮਾਣਕ ਦੇ ਸੌਂਗ ਪਰਾਡਾ ਨਾਲ ਸਵਾਲੀਨਾ ਨੂੰ ਪੰਜਾਬੀ ਇੰਡਸਟਰੀ 'ਚ ਪਹਿਚਾਣ ਮਿਲੀ। ਜਸ ਮਾਣਕ ਦਾ ਇਹ ਸੌਂਗ ਸੁਪਰ ਹਿੱਟ ਰਿਹਾ, ਜਿਸ ਦੇ ਕਿ ਹੁਣ ਤੱਕ 465 ਮਿਲੀਅਨ ਵਿਊਜ਼ ਆ ਚੁੱਕੇ ਨੇ। ਪਰਾਡਾ ਸੌਂਗ ਨਾਲ ਸਵਾਲੀਨਾ ਲਾਈਮਲਾਈਟ 'ਚ ਆਏ। ਇਸ ਗਾਣੇ ਤੋਂ ਬਾਅਦ ਸਵਾਲੀਨਾ ਨੇ ਗੁਰੀ ਨਾਲ ਬਿੱਲੀਆਂ ਬਿੱਲੀਆਂ ਅੱਖਾਂ ਸੌਂਗ 'ਚ ਵੀ ਕੰਮ ਕੀਤਾ, ਇਹ ਸੌਂਗ ਵੀ ਸੁਪਰ ਹਿੱਟ ਰਿਹਾ। ਬਾਅਦ 'ਚ ਸਵਾਲੀਨਾ ਕਈ ਪੰਜਾਬੀ ਗਾਣੇ ਜਿਵੇਂ ਕਿ ਗੁਰਿੰਦਰ ਰਾਏ ਦਾ ਪਰਫੈਕਟ, ਜਸ ਮਾਣਕ ਦਾ ਸੂਟ ਪੰਜਾਬੀ 'ਚ ਵੀ ਨਜ਼ਰ ਆਏ ਅਤੇ ਹੋਰ ਵੀ ਕਈ ਆ ਰਹੇ ਪੰਜਾਬੀ ਗਾਣਿਆਂ 'ਚ ਨਜ਼ਰ ਆਉਣਗੇ। ਸੋ ਦੋਸਤੋ, ਅੱਜ ਦੀ ਵੀਡੀਓ 'ਚ ਦਿੱਤੀ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਵੀਡੀਓ 'ਤੇ ਲਾਈਕ ਕਰਕੇ ਅਤੇ ਕਮੈਂਟ ਰਾਹੀਂ ਜ਼ਰੂਰ ਦੱਸੋ, ਤਾਂ ਜੋ ਅਸੀਂ ਐਵੇਂ ਹੀ ਤੁਹਾਡੇ ਲਈ ਪੰਜਾਬੀ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਦੀ ਹੋਰ ਵੀਡੀਓਜ਼ ਲੈ ਕੇ ਆਉਂਦੇ ਰਹੀਏ ਅਤੇ ਐਵੇਂ ਹੀ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੀ ਅਪਡੇਟਸ ਲੈਣ ਲਈ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ ਨੂੰ ਪ੍ਰੈਸ ਕਰੋ।